ओपन तो बनिया मुंह इधर करो, मुंह इधर करने दा पटेलो फड़ लो भावे इंज पैंदा तो नहीं 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 ते ए ते पोमी दी कॉपी लग रहा है। हां जी शक्ल है ना उंज दी बिल्कुल सेम ही शक्ल है इस तरह दी। ए जनाब पोमी तरह दा लग रहा है ते है भी वड्डा जानवर है जी, वेटर जानवर है ते उम्र कितनी सू जनाब कैसे हो? खरीयत नाल हो? ठीक हो? उम्मीद है खैर खरीयत नाल होवोगे। न्यू एंट्री जानवर तुहानू दिखाने आ जी। ते इस तो पहले छोटी जी रिक्वेस्ट हुंदी है कि चैनल तो नवे हो तो चैनल में सबसक्राइब जरूर करा करो और बैल की घंटी क्लिक करा करो ताकि हर वीडियो थोड़े तक पहुँचती रहे। तो बड़े ही फेमस जानवर जी ये भी न्यू एंट्री हवाले जनाब साढ़े नाल शहजाद हंजरा साहब ने जनाब इस चैनल के आले नाल ने जनाब तो इस हवाले पूछने शहजाद भाई इस जानवर के हवाले दसो जरा कि जी नवा जानवर लिया है शहजाबाद तो। अच्छा बादल इनका ना है हुण ओपन तपनी तपया बादल ना है जी शहजाबाद तो आया जी ओपन तपनिया मुंह इधर करो मुंह इधर करने का पटेलो फड़ लो भावे इंज पैंदा तो नहीं 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 ते ए ते पोमी दी कॉपी लग रहा है। हां जी शक्ल है ना उंज दी बिल्कुल सेम ही शक्ल है इस तरह दी। ए जनाब पोमी तरह दा लग रहा है ते है भी वड्डा जानवर है जी वेटर जानवर है ते उम्र कितनी सू? उम्र है तकरीबन 2.5 साल। 2.5 साल? हां इस सीजन विच लड़ेगा? लड़ेगा इंशाल्लाह। इस सीजन विच जनाब ए मैदान विच उतरेगा जी गज वज के ते एशिया दा सब तो वड्डा कैनल है जनाब सरदार कैसर साहब दा जनाब डेरा सरदार कैसर साहब जनाब ते सीनियर स्पैशलिस्ट जनाब शहजाद हंजरा साहब ते शहजाद भाई एक तपड़ियां कितनियां होया ये तकरीबन 7-8 तपड़ियां ने 7-8 तपड़ियां किने किने मिंटां दियां ए हुण तां तकरीबन 8 मिंट तस्वीर कड्डी उस तो पहले 5-5 मिंट दियां 6-6 मिंट दियां तपड़ियां ने। अच्छा अच्छा 5-5 6-6 मिंट दियां तपड़ियां ने 7-8 तपड़ियां ने उम्र इहदी 2.5 साल है जी ते इस सीजन च किहड़े मतलब की रखदे हो इहदा इरादा किहड़े मैच च? ਇਹ ਅਜੇ ਤੱਕ ਫਾਈਨਲ ਨਹੀਂ ਕੀਤਾ ਕਿਸੇ ਫਾਈਨਲ ਨਹੀਂ ਹੈ ਕਿਉਂਕਿ ਜਿਹੜਾ ਕੁੱਤਾ ਸਾਡਾ ਪਹਿਲੇ ਤਿਆਰ ਸਹੀ ਹੋਏਗਾ ਉਸੇ ਉਸ ਮਤਲਬ ਤਿਆਰੀ ਸਾਰੇ ਪਏ ਨੇ ਸਾਰੇ ਲਾਏ ਜਿੱਥੇ ਸਰਦਾਰ ਸਾਹਿਬ ਕਹਿਣਗੇ ਹਾਂਜੀ ਉੱਥੇ ਲੱਗ ਠੀਕ ਹੈ ਪਾਕਿਸਤਾਨ ਗਰੁੱਪ ਜੀ ਸਰਦਾਰ ਇਮਰਾਨ ਸਾਹਿਬ ਜਿੱਥੇ ਕਹਿਣਗੇ ਜੀ ਸਾਰੇ ਉਹਨਾਂ ਦੇ ਜਿਹੜੇ ਭਾਈ ਜੀ ਬੜੇ ਬੜੇ ਅੱਛੇ ਸਾਰੇ ਜਿਹਾ ਸਾਕਬ ਸਾਹਿਬ ਸ਼ਫਕਤ ਬਿੱਲਾ ਸਾਹਿਬ ਜਨਾਬ ਹੁਣ ਅਸੀਂ ਸਰਦਾਰ ਕੈਸਰ ਸਾਹਿਬ ਦੇ ਡੇਰੇ ਜਨਾਬ ਔਰ ਸਾਰਿਆਂ ਭਰਾਵਾਂ ਨੇ ਕਿਹਾ ਜੀ ਸਰਦਾਰ ਸਾਹਿਬ ਜਿੱਥੇ ਦੇਣਗੇ ਨਾਲ ਆਮੀਨ ਹੈ ਸਾਨੂੰ ਉੱਤੇ ਦੇਣ ਥੱਲੇ ਦੇਣ ਕਿਹੜਾ ਲੜਾਣਾ ਸਾਰੇ ਤਿਆਰ ਨੇ ਹਾਂਜੀ ਗੱਲ ਹੈ ਤੇ ਇਹ ਨਾਂ ਕੀ ਤੁਹਾਡਾ? ਮਦਸਰ ਬੋਦਲਾ ਪਾਕ ਪਤਨ ਸ਼ਰੀਫ। ਹਾਂਜੀ ਵਾਹ ਜੀ ਵਾਹ ਪਾਕ ਪਤਨ ਉੱਤੇ ਉੱਥੋਂ ਬੰਦਾ ਮਹਾਣੀ ਲਈ ਹੁੰਦਾ ਯਾਰ ਇੱਕ ਪੈਕਟ ਦਰਬਾਰ ਤੋਂ ਲੈ ਕੇ ਆ ਸੀ ਦਰਬਾਰ ਨੇੜੇ ਹੀ ਹੈ ਨਾ। ਹਾਂ ਤੇ ਇਹ ਜਾਨਵਰ ਦੀ ਬੜੀ ਹਾਈਟ ਹੈ ਜੀ 32 ਪਲੱਸ ਹੈ ਸ਼ਾਦੀ 32 ਪਲੱਸ ਹੀ ਹੈ 32 ਪਲੱਸ ਹੈ 32 ਪਲੱਸ ਹੈ ਤੇ ਤਪੜੀਆਂ ਬੜੀਆਂ ਅੱਛੀਆਂ ਨੇ ਉੱਤੇ ਦੀ ਗੇਮ ਹੈ ਥੱਲੇ ਦੀ ਉੱਤੇ ਦੀ ਕੰਨਾਂ ਇੱਧਰ ਮੂੰਹ ਕਰੋ ਮੂੰਹ ਇੱਧਰ ਰੱਖਣਾ ਕੰਨਾਂ ਤੇ ਜਾਂਦਾ ਕੰਨਾਂ ਤੇ ਨਹੀਂ ਇਹ ਉਹ ਟੁਰਦਾ ਪਿਆ ਨਾ ਉਹ ਮੌਜ ਆਪਣੀ ਜ਼ੋਰ ਤੇ ਉਹ ਜ਼ਖਮੀ ਪੈਰ ਹੋ ਜਾਂਦੇ ਨੇ ਜ਼ੋਰ ਲਾਉਂਦੇ ਨਾ ਤੇ ਜਨਾਬ ਬੜੇ ਖੂਬਸੂਰਤ ਜਾਨਵਰ ਜੀ ਤਬੀਅਤ ਖੁਸ਼ ਹੋ ਗਈ ਹੈ ਜੀ ਤੇ ਤੂੰ ਵੀ ਨਾਲ ਆ ਜਾਂਦੇ ਮਣਾ ਇੱਥੇ ਇਧਰ ਆ ਆ ਨਾ ਇਹ ਮੁੰਡੇ ਸਾਰੇ ਸ਼ਰਮਾਂਦੇ ਨੇ ਆਪਣੇ ਮੁੰਡੇ ਸਾਰੇ ਪੁਰਾਣੇ ਨੇ ਨਾ ਕੀ ਛੁੜੇ ਬਿਲਾਲ ਭਾਈ ਨੇ ਜਨਾਬ ਇਹ ਪਾਕ ਪਤਨ ਸ਼ਰੀਫ ਤੋਂ ਜਨਾਬ ਤੇ ਸਾਰੇ ਭਰਾ ਜਨਾਬ ਮਿਲ ਜੁਲ ਕੇ ਜਨਾਬ ਇੱਕ ਇਹ ਇੱਕ ਸਮਝੋ ਕਿ ਜਿੱਥੇ 10 ਬੰਦੇ ਰਹਿੰਦੇ ਨੇ ਇਹ ਇੱਕ ਫੈਮਿਲੀ ਨੇ ਇੱਕ ਫੈਮਿਲੀ ਨੇ ਸਾਰੇ ਜਿਹੜੇ ਨਾ ਫੈਮਿਲੀ ਤਰ੍ਹਾਂ ਇਹ ਰਹਿ ਰਹੇ ਨੇ ਭਰਾ ਨੇ ਇੱਕ ਦੂਸਰੇ ਦੇ ਕਜ਼ਨ ਕਿਉਂ ਜੀ ਇਸ ਤਰ੍ਹਾਂ ਹੀ ਤੇ ਸ਼ੌਕ ਸ਼ਿਕਾਰ ਵੀ ਇੰਜ ਹੀ ਹੁੰਦਾ ਤੇ ਸਰਦਾਰ ਕੈਸਰ ਸਾਹਿਬ ਮਾਸ਼ਾਅੱਲਾ ਜੀ ਬਹੁਤ ਅੱਛੇ ਸ਼ਿਕਾਰੀ ਜੀ ਔਰ ਬਹੁਤ ਅੱਛੇ ਇਨਸਾਨ ਜੀ ਬਿਲਕੁਲ ਏਸ਼ੀਆ ਦਾ ਸਭ ਤੋਂ ਵੱਡਾ ਕੈਨਲ ਆ ਤੇ ਇਹਨੂੰ ਹੁਣ ਅਸੀਂ ਤਿਆਰੀ ਵਾਸਤੇ ਜਨਾਬ ਇਹ ਜਾ ਰਿਹਾ ਜਾਨਵਰ ਨੂੰ ਜਾਣ ਦਈਏ ਕਿਤਨੀ ਵੀਡੀਓ ਬੜੀ ਹੈ ਕਿਉਂ ਜੀ ਤੇ ਜਾਨਵਰ ਪਸੰਦ ਆਵੇ ਕਮੈਂਟ ਜ਼ਰੂਰ ਕਰਾਇਆ ਜੀ ਤੇ ਖੁਰਾਕ ਦੇ ਹਵਾਲੇ ਨਾਲ ਇਹਨੂੰ ਕੀ ਦੇ ਰਹੇ ਹੋ ਜਰਾ ਇਹ ਵੀ ਦੱਸੋ ਬਸ ਸਾਰਿਆਂ ਨੂੰ ਇੱਕੋ ਹੀ ਖੁਰਾਕ ਦੇ ਰਹੇ ਹਾਂ ਸਾਰਿਆਂ ਨੂੰ ਇੱਕ ਹੀ ਜੀ ਹਰ ਵੀਡੀਓ 'ਚ ਦੱਸੀਦਾ ਕਿ ਗੋਸ਼ਤ ਭਰਾ ਪੁੱਛਦੇ ਨੇ ਨਾ ਕਮੈਂਟਸ ਕਰਕੇ ਮੈਂ ਤਾਂ ਖੁਰਾਕ ਨੂੰ ਇੱਕੋ ਲਿਖਾ ਤਾਂ ਮੈਂ ਪੁੱਛਣਾ ਹਰ ਵੀਡੀਓ 'ਚ ਪਿਆ ਕਿ ਖੁਰਾਕ ਜਿਹੜੀ ਇਹ ਛੋਟੀ ਹੋਜਰੀ ਵੱਡੀ ਹੋਜਰੀ ਕੀਮਾ ਵੱਡਾ ਗੋਸ਼ਤ ਛੋਟਾ ਗੋਸ਼ਤ ਇਹ ਗੋਸ਼ਤ ਖੁਰਾਕ ਹੈ ਤੇ ਬਾਕੀ ਦਹੀਂ ਦੁੱਧ ਇਹ ਹੈ ਲਓ ਜੀ ਅੱਲਾ ਹਾਫਿਜ਼।